ਆਉਣੇ ਗਾਣੇ ਆ ਡਰੇਕ ਨਾਲ ਬਹਿ ਕੇ ਭੌਂਕਦੇ ਟਵੀਟਾਂ ਵਿੱਚ ਦੋਸਤੋ ਸਿੱਧੂ ਮੂਸੇਵਾਲਾ ਐਕਸ ਡਰੇਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰੂਮਰ ਬਹੁਤ ਚੱਲਦੇ ਸੀ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਦੋਂ ਤੋਂ ਹੀ ਕਾਫੀ ਰੌਲਾ ਪੈ ਚੁੱਕਾ ਸੀ ਕਿ ਸਿੱਧੂ ਮੂਸੇਵਾਲੇ ਦੀ ਡਰੇਕ ਦੇ ਨਾਲ ਕਲੈਬਰੇਸ਼ਨ ਆਉਣੀ ਹੈ। ਹੁਣੇ ਹੁਣੇ ਥੋੜ੍ਹਾ ਟਾਈਮ ਪਹਿਲਾਂ ਲੇਟੈਸਟ ਇੱਕ ਇੰਟਰਵਿਊ ਆਈ ਹੈ ਜਾਨੀ ਦੀ, ਜਾਨੀ ਦੀ ਵੀ ਇੰਟਰਵਿਊ ਜਾ ਕੇ ਜ਼ਰੂਰ ਸੁਣਿਓ ਸਰਚ ਕਰਕੇ ਯੂਟਿਊਬ 'ਤੇ। ਪੋਡਕਾਸਟਰ ਨੇ ਉਹਨੂੰ ਕੁਐਸਚਨ ਕੀਤਾ ਜਾਨੀ ਨੂੰ ਕਿ ਸਿੱਧੂ ਦਾ ਗਾਣਾ ਡਰੇਕ ਨਾਲ ਕਦੋਂ ਆਉਣਾ ਸੀ। ਜਾਨੀ ਨੇ ਇਹੀ ਜਵਾਬ ਦਿੱਤਾ ਕਿ ਜੇ ਸਿੱਧੂ ਮੂਸੇਵਾਲਾ ਚਾਹੁੰਦਾ ਹੁੰਦਾ ਹੁਣ ਤੱਕ ਤਾਂ ਕਲੈਬਰੇਸ਼ਨ ਸਿੱਧੂ ਮੂਸੇਵਾਲਾ ਦੀ ਡਰੇਕ ਨਾਲ ਆ ਜਾਣੀ ਸੀ। ਦੋਸਤੋ ਇਹ ਗੱਲ ਬਿਲਕੁਲ ਸਹੀ ਹੈ, ਹੁਣ ਤੱਕ ਆਪਾਂ ਨੂੰ ਕਲੈਬਰੇਸ਼ਨ ਇਹ ਸੁਣਨ ਨੂੰ ਮਿਲ ਜਾਣੀ ਸੀ, ਪਰ 2025 ਦੇ ਵਿੱਚ ਆਉਣ ਦੀ ਬਹੁਤ ਜ਼ਿਆਦਾ ਉਮੀਦ ਹੈ ਸਿੱਧੂ ਮੂਸੇਵਾਲਾ ਦੀ ਡਰੇਕ ਨਾਲ ਕਲੈਬਰੇਸ਼ਨ, ਕਿਉਂਕਿ ਕਾਫੀ ਸਟੋਕ ਪਿਆ ਹੈ। ਪਿੱਛੇ ਜੇ ਚਰਚਾ ਵੀ ਛਿੜੀ ਸੀ ਕਿ ਇਸ ਸਾਲ ਦੇ ਵਿੱਚ ਵਿੱਚ ਆਪਾਂ ਨੂੰ ਕਲੈਬਰੇਸ਼ਨ ਸੁਣਨ ਨੂੰ ਮਿਲ ਸਕਦੀ ਹੈ ਸਿੱਧੂ ਮੂਸੇਵਾਲਾ ਐਕਸ ਡਰੇਕ। ਦੋਸਤੋ ਪੂਰਾ ਵਰਲਡ ਹਿੱਲ ਜੂਗਾ ਜਦੋਂ ਇਹ ਕਲੈਬਰੇਸ਼ਨ ਆਉਣੀ ਹੈ, ਦੇਖ ਲਿਓ ਤੁਸੀਂ ਯੂਟਿਊਬ ਸਾਰਾ ਕੁਝ ਹੈਂਗ ਹੋ ਜਾਣਾ ਜਦੋਂ ਵੀ ਕਲੈਬਰੇਸ਼ਨ ਆ ਗਈ। ਸੋ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ, ਪੀਸ।